ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਆਪਣੇ ਯੂਟਿਊਬ ਚੈਨਲ ਦੇ ਵਿੱਚ। ਦੋਸਤੋ, ਫਸਟ ਟਾਈਮ ਚੈਨਲ 'ਤੇ ਆਉਂ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਬਟਨ 'ਤੇ ਜਾ ਕੇ ਅਤੇ ਬੈੱਲ ਬਟਨ 'ਤੇ ਜਾ ਕੇ ਬੈੱਲ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਨੋਟੀਫਿਕੇਸ਼ਨ ਮਿਲ ਸਕੇ। ਆਪਣੇ ਫਰੈਂਡ ਸਰਕਲ ਦੇ ਵਿੱਚ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਕਿ ਦੋਸਤੋ ਅਸੀਂ ਤੁਹਾਡੇ ਲਈ ਬਹੁਤ ਹੀ ਯੂਜ਼ਫੁੱਲ ਵੀਡੀਓ ਲੈ ਕੇ ਆਈਏ। ਤਾਂ ਅੱਜ ਗੱਲ ਕਰਨ ਜਾ ਰਹੇ ਹਾਂ ਦੋਸਤੋ, ਆਪਾਂ ਜੋ ਵੈਕੈਂਸੀ ਸੀਗੀ ਜੀ, ਤੁਹਾਨੂੰ ਦੱਸ ਦੇਵਾਂ ਮੈਂ, ਪੰਜਾਬ ਹੈਲਥ ਵਿਭਾਗ ਵਿੱਚ ਵੈਕੈਂਸੀ ਸੀ ਸਟਾਫ ਨਰਸ ਦੀਆਂ ਅਤੇ ANM ਦੇ GNM ਦੀ ਅਤੇ ਵਾਰਡ ਅਟੈਂਡ ਦੀਆਂ, ਜੋ ਕੀ ਆ ਮਤਲਬ ਐਮਰਜੈਂਸੀ ਪੋਸਟ ਸੀਗੀ, ਗਵਰਨਮੈਂਟ ਨੇ ਕੱਢੀ ਸੀਗੀ। ਠੀਕ ਆ, ਇਹ ਅਪਲਾਈ ਕਰ ਦਿੱਤੀ ਸੀਗੀ, ਇਹਦੇ ਬਾਰੇ ਪਹਿਲਾਂ ਵੀਡੀਓ ਪਾਈ ਸੀ ਮੈਂ, ਅਤੇ ਹੁਣ ਇਹਦਾ ਜੋ ਕਾਲ ਲੈਟਰ ਆਉਣੇ ਨੇ, ਠੀਕ ਆ, ਉਹ ਤੁਹਾਨੂੰ ਕਹੀ ਆ ਕੈਂਡੀਡੇਟ ਨੂੰ ਮੈਸੇਜ ਆ ਚੁੱਕਿਆ ਹੈਗਾ ਜੀ। ਠੀਕ ਆ, ਉਸਦਾ ਤਾਂ ਹੁਣ ਆਪਾਂ ਦੱਸਾਂਗਾ ਤੁਹਾਨੂੰ ਪੂਰੀ ਜਾਣਕਾਰੀ। ਤਾਂ ਇਸ ਦੀ ਆਪਾਂ ਵੈਬਸਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂ ਪਹਿਲਾਂ ਵੀ ਜਿਹੜੀ ਵੈਕੈਂਸੀ ਸਟਾਫ ਨਰਸ ਦੀ, ਫਾਰਮੈਸਿਸਟ ਦੀ, ਰੇਡੀਓਗ੍ਰਾਫ ਦੀ, ਲੈਬੋਰਟਰੀ ਟੈਕਨੀਸ਼ ਦੀ, ANM ਅਤੇ ਵਾਰਡ ਅਟੈਂਡ, ਇਹ ਸੀ ਪੋਸਟ ਆ। ਇਹਨਾਂ ਨੂੰ ਉੱਥੇ ਜੋ ਦੱਸਿਆ ਹੋਇਆ ਗਾ ਸੀਪੀਓ ਔਰ ਦੇਣਾ ਗਾ, ਉਹ ਤੁਸੀਂ ਦੇ ਸਕਦੇ ਹੋ। ਇੱਥੇ 1000 ਰੁਪਏ ਪਰ ਡੇ ਦਾ ਗਾ, ਅਲੱਗ ਅਲੱਗ ਪੋਸਟਾਂ ਦੇ ਅਕੋਰਡਿੰਗ ਤੁਹਾਨੂੰ ਉੱਥੇ ਮਿਲਣਾ ਗਾ। ਤਾਂ ਹੁਣ ਜਿਹੜੀ ਆਪਰੇਸ਼ਨ ਆਪਣੇ ਕੋਲ ਆਈ ਆ, ਜੋ ਸਪੈਸ਼ਲਿਸਟ ਨੇ, ਮੈਡੀਕਲ ਆਫਿਸਰ ਐਂਡ ਆਯੁਰਵੇਦਾ ਮੈਡੀਕਲ ਆਫਿਸਰ ਨੇ, ਠੀਕ ਆ ਜੀ, ਤਾਂ ਇਹਨਾਂ ਦੀ ਜੋ ਡੇਟ ਆਫ ਟ੍ਰੇਨਿੰਗ ਹੋਣੀ ਆ, ਇਹ ਟ੍ਰੇਨਿੰਗ ਔਨਲਾਈਨ ਹੋਣੀ ਹੈਗੀ। ਠੀਕ ਆ ਜੀ, ਤਾਂ ਇਹ ਟ੍ਰੇਨਿੰਗ ਜੋ ਚੱਲਣੀ ਹੈਗੀ 3-4 ਤੋਂ ਲੈ ਕੇ, ਯਾਨੀ ਕਿ 3 ਅਪ੍ਰੈਲ ਤੋਂ ਲੈ ਕੇ 8 ਅਪ੍ਰੈਲ ਤੱਕ ਹੋਣੀ ਆ। ਠੀਕ ਆ, ਤਾਂ ਇਸ ਦੇ ਲਈ ਤੁਹਾਨੂੰ ਜੋ ਸੈਸ਼ਨ ਹੋਊਗਾ, ਡੇਟ ਐਂਡ ਟਾਈਮ ਟ੍ਰੇਨਿੰਗ ਦਾ ਤੁਹਾਨੂੰ ਮੈਸੇਜ ਰਾਹੀਂ ਇਨਫੋਰਮੇਸ਼ਨ ਦਿੱਤੀ ਜਾਊਗੀ। ਇਸ ਧਿਆਨ ਮੋਬਾਈਲ 'ਤੇ SMS ਆਊਗਾ, ਤੁਸੀਂ ਇਸ 'ਤੇ ਧਿਆਨ ਰੱਖਣਾ ਗਾ, ਅਲੱਗ ਤੋਂ ਉਸ ਨਹੀਂ ਪਤਾ ਲੱਗਣਾ ਦੋਸਤੋ। ਤੁਹਾਡੇ ਮੋਬਾਈਲ ਦੇ ਉੱਤੇ ਕੀ ਹੈ ਮੈਸੇਜ ਆਊਗਾ, ਕਈ ਕੈਂਡੀਡੇਟ ਨੂੰ ਮੈਸੇਜ ਆ ਵੀ ਚੁੱਕਿਆ ਹੈਗਾ। ਠੀਕ ਆ, ਤਾਂ ਇਹ ਤੁਸੀਂ ਵੇਟ ਕਰ ਲਓ, ਜਿਹਨੂੰ ਨਹੀਂ ਵੀ ਆਇਆ ਹੋਊਗਾ ਵੇਟ ਕਰ ਲਓ 8 ਤਰੀਕ ਤੱਕ। ਠੀਕ ਹੈ, 3 ਤੋਂ ਲੈ ਕੇ 4, ਯਾਨੀ ਕਿ 3 ਤਰੀਕ ਤੋਂ ਲੈ ਕੇ 8-4 ਤੱਕ ਇਹ ਤੁਹਾਨੂੰ ਮੈਸੇਜ ਆਉਣਗੇ। ਅਤੇ ਉਸ ਤੋਂ ਬਾਅਦ ਸਟਾਫ ਨਰਸ ਵਾਲੇ ਨੇ ਜੀ, ਲੈਬੋਰਟਰੀ ਅਤੇ ਟੈਕਨੀਸ਼ੀਅਨ ਵਾਲੇ ਅਤੇ ਪੈਰਾਮਿਸਟਰੀ ਵਾਲੇ, ਠੀਕ ਆ, ਇੱਦਾਂ। ਤਾਂ ਉਸ ਤੋਂ ਬਾਅਦ ਜੇ ਤੁਹਾਨੂੰ ਮੈਸੇਜ ਆਊਗਾ ਜੀ, ਉਸ ਦੇ ਵਿੱਚ ਤੁਹਾਨੂੰ ਇੱਕ ਲਿੰਕ ਆਊਗਾ, ਜੋ ਇੱਦਾਂ ਕਿ www.zoom.us.in, ਇੱਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਐਪ ਹੈਗੀ ਜਿਹੜੀ ਤੁਸੀਂ ਕਿ ਡਾਊਨਲੋਡ ਕਰ ਲੈਣੀ ਹੈਗੀ। ਜਿਹੜਾ ਵੀ ਤੁਹਾਡਾ ਔਨਲਾਈਨ, ਯਾਨੀ ਕਿ ਆਪਾਂ ਕਹਿ ਸਕਦੇ, ਜਿਹੜਾ ਹੁਣ ਔਨਲਾਈਨ ਤੁਹਾਡਾ ਐਗਜ਼ਾਮ ਹੋਣਾ ਜਾਂ ਟ੍ਰੇਨਿੰਗ ਹੋਣੀ ਹੈਗੀ, ਤੁਹਾਡੇ ਕੀ ਹੈ ਮੋਬਾਈਲ ਦੇ ਉੱਤੇ ਇਸ ਐਪ ਨੂੰ ਤੁਸੀਂ ਡਾਊਨਲੋਡ ਜਦੋਂ ਕਰੋਗੇ, ਇਹ 'ਚ ਅਲੱਗ ਅਲੱਗ ਵਰਜ਼ਨ ਨੇ, ਠੀਕ ਆ, ਤਾਂ ਤੁਸੀਂ ਇਸ ਨੂੰ ਆਪਦੇ ਅਕੋਰਡਿੰਗ, ਜੋ ਕਿ ਪਲੇ ਸਟੋਰ 'ਤੇ ਵੀ ਨੇ, ਮਤਲਬ ਐਪਲ ਲਈ, ਜਿਹੜਾ ਵੀ ਤੁਸੀਂ ਮਤਲਬ ਵਿੰਡੋ ਫੋਨ ਯੂਜ਼ ਕਰਦੇ ਹੋਗੇ, ਆਈਫੋਨ ਯੂਜ਼ ਕਰਦੇ ਹੋ, ਉਸ ਨੂੰ ਅਕੋਰਡਿੰਗ ਤੁਸੀਂ ਡਾਊਨਲੋਡ ਕਰ ਸਕਦੇ ਹੋਗੇ। ਠੀਕ ਆ, ਤੁਹਾਨੂੰ ਲਿੰਕ ਉਹਦੇ ਵਿੱਚ ਮਿਲ ਜੂਗਾ, ਜੋ ਤੁਹਾਨੂੰ SMS ਆਊਗਾ। ਤਾਂ ਉਸ ਤੋਂ ਬਾਅਦ ਤੁਸੀਂ ਕੀ ਹੈ ਜੀ, ਇੱਥੇ ਆਪਣਾ ਜੋ ID ਪਾਸਵਰਡ ਭਰ ਕੇ ਉਸਨੂੰ ਲੌਗਇਨ ਕਰ ਲੈਣਾ ਗਾ। ਅਤੇ ਦੋਸਤੋ, ਇੱਕ ਨਾਲ ਹੀ ਦੋਸਤੋ ਦੱਸ ਦੇਵਾਂ, ਇੱਥੇ ਨਾਲ ਤੁਹਾਡਾ ਕੋਈ ਵੀ ਕੈਂਡੀਡੇਟ ਦਾ ਕੋਈ ਇਨਕੁਆਇਰੀ ਹੈਗੀ ਟ੍ਰੇਨਿੰਗ ਸੈਸ਼ਨ ਦੇ ਵਿੱਚ, ਤਾਂ ਤੁਸੀਂ ਇਹਨਾਂ ਦਾ ਨੰਬਰ ਲਿਖਿਆ ਪਿਆ ਗਾ ਜੀ, ਠੀਕ ਹੈ, ਤਾਂ ਇਹਨਾਂ ਨਾਲ ਕੋਈ ਆਪਣੀ ਟ੍ਰੇਨਿੰਗ ਸੈਸ਼ਨ ਦੇ, ਪਲੀਜ਼ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋਗੇ। ਠੀਕ ਹੈ, ਮਿਸਟਰ ਦੀਪ ਸ਼ਰਮਾ ਜੀ, ਇਹਨਾਂ ਦਾ ਕੰਟੈਕਟ ਨੰਬਰ ਦੇ ਸਕਦੇ ਹੋਗੇ, ਜਤਿੰਦਰ ਸਿੰਘ ਜੀ, ਠੀਕ ਹੈ, ਨਰੇਸ਼ ਕੁਮਾਰ ਜੀ, ਇਹਨਾਂ ਦਾ ਤੁਸੀਂ ਨੰਬਰ ਚੈੱਕ ਕਰ ਸਕਦੇ ਹੋਗੇ, ਜੋ ਤੁਹਾਨੂੰ ਕੀ ਯਾਨੀ ਕਿ ਪੂਰੀ ਜਾਣਕਾਰੀ ਅੱਗੇ ਦੇ ਸਕਦੇ ਨੇ। ਤਾਂ ਇਹਨਾਂ ਦੀ ਜਿਹੜੀ ਵੈਬਸਾਈਟ ਹੈਗੀ, ਇਹ ਵੀ ਤੁਹਾਨੂੰ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰ ਦੂੰਗਾ, ਜਿਸ ਦੇ ਵਿੱਚ ਤੁਸੀਂ ਕੋਈ ਵੀ ਅੱਗੇ ਨੈਕਸਟ ਟਾਈਮ 'ਤੇ ਅਪਡੇਟ ਆਊਗੀ, ਤਾਂ ਤੁਹਾਨੂੰ ਇਸਦਾ ਨੋਟੀਫਿਕੇਸ਼ਨ ਮਿਲ ਜਾ ਕਰੂਗਾ। ਤਾਂ ਦੋਸਤੋ, ਅੱਜ ਦੀ ਜੋ ਆਪਣੇ ਕੋਲ ਅਪਡੇਟ ਹੈਗੀ ਸੀਗੀ, ਇਹ ਜੀ ਵੈਕੈਂਸੀ ਆਈਆਂ ਸੀਗੀਆਂ ਪੰਜਾਬ ਹੈਲਥ ਦੇ ਵਿੱਚ, ਕੋਈ ਆ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਵੈਕੈਂਸੀ ਸੀਗੀ। ਤਾਂ ਇਹਨਾਂ ਦੀ ਪੂਰੀ ਜਾਣਕਾਰੀ ਤੁਹਾਡੇ ਮੈਂ ਲੈ ਕੇ ਆ, ਜੋ ਕਿ ਐਮਰਜੈਂਸੀ ਸੀ, ਜਿਹਨਾਂ ਨੇ ਬਹੁਤ ਹੀ ਜਲਦੀ ਆਪਾਂ ਕਹਿ ਸਕੀਏ ਟ੍ਰੇਨਿੰਗ ਪਾਈ ਹੈਗੀ, ਇਹ ਔਨਲਾਈਨ ਟ੍ਰੇਨਿੰਗ ਹੋਣੀ ਆ, ਐਪ ਤੁਸੀਂ ਡਾਊਨਲੋਡ ਕਰਨੀ ਪਈ, ਉਸ ਦੇ ਵਿੱਚ ਤੁਸੀਂ ਆਪਣਾ ID ਪਾਸਵਰਡ ਸਬਮਿਟ ਕਰੋਗੇ, ਤਾਂ ਬਹੁਤ ਹੀ ਚੰਗੇ ਮਤਲਬ ਕਿ ਸੌਖੇ ਢੰਗ ਨਾਲ ਤੁਸੀਂ ਉਹ ਕਰ ਸਕਦੇ ਹੋ ਦੋਸਤੋ। ਅਤੇ ਜੇਕਰ ਤੁਹਾਡੀ ਕੋਈ ਇਨਕੁਆਇਰੀ, ਇਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰ ਦਿਓ, ਉੱਥੇ ਜਾ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਠੀਕ ਆ, ਇੱਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਬੈੱਲ ਬਟਨ ਨੂੰ ਪ੍ਰੈਸ ਕਰ ਲਓ, ਬੈੱਲ ਬਟਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਜਿਸ ਦੇ ਨਾਲ ਕਿ ਦੋਸਤੋ ਨੈਕਸਟ ਟਾਈਮ ਦੇ ਵਿੱਚ ਜਦੋਂ ਵੀ ਕੋਈ ਵੀਡੀਓ ਪਾਊਂਗਾ, ਕਈ ਵਾਰ ਕੀ ਹੁੰਦਾ ਤੁਹਾਨੂੰ ਨਹੀਂ ਮੈਸੇਜ ਆਉਂਦਾ ਅਪਡੇਸ਼ਨ ਦਾ, ਪਲੀਜ਼ ਬੈੱਲ ਬਟਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਤਾਂ ਤੁਹਾਡਾ ਸੁਝਾਅ ਹੋਇਆ ਨੀਚੇ ਕਮੈਂਟ 'ਚ ਪੁੱਛ ਸਕਦੇ ਹੋਗੇ ਕਿ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ। ਠੀਕ ਹੈ, ਨੈਕਸਟ ਟਾਈਮ ਕਿੱਦਾਂ ਕਿਸ ਟੋਪਿਕ ਦੀ ਵੀਡੀਓ ਦੇਖਣ ਜੀ, ਉਹ ਵੀ ਦੱਸ ਸਕਦੇ ਹੋਗੇ। ਤਾਂ ਦੋਸਤੋ, ਇਸ ਜੋ ਆਪਣੇ ਕੀ ਵਾਇਰਸ ਚੱਲ ਰਿਹਾ ਕਰੋਨਾ ਵਾਇਰਸ ਦੇ ਅਪਡੇਸ਼ਨ ਦੇ ਵਿੱਚ, ਯਾਨੀ ਕਿ ਇਸ ਮਾਹੌਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵਧੀਆ ਯਾਨੀ ਕਿ ਆਪਣੇ ਆਪ ਦੀ ਕੇਅਰ ਰੱਖਣੀ ਹੈਗੀ, ਮੈਂ ਤੁਹਾਨੂੰ ਮਤਲਬ ਇਹੀ ਕਹਿਣਾ ਗਾ ਦੋਸਤੋ। ਤਾਂ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਦਾ, ਗੁੱਡ ਬਾਏ, ਜੈ ਹਿੰਦੀ।